ਨਸ਼ਿਆਂ ਦੇ ਖਿਲਾਫ਼ ਪੰਜਾਬ ਸਰਕਾਰ ਵੱਡੀ ਲੜਾਈ ਲੜਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਦਾਅਵੇ ਕਰ ਰਹੀ ਹੈ, ਵਾਅਦੇ ਵੀ ਕਰ ਰਹੀ ਹੈ, ਪਰ ਨਸ਼ਿਆਂ ਦੇ ਖਿਲਾਫ਼ ਛਿੜੀ ਇਸ ਜੰਗ 'ਚੋਂ ਇੱਕ ਸ਼ਖਸ ਨੇ ਖੁਦ ਨੂੰ ਬਾਹਰ ਕਰਨ ਦੀ ਅੱਜ ਅਪੀਲ ਕੀਤੀ ਅਦਾਲਤ ਦੇ ਵਿੱਚ। ਉਹ ਸ਼ਖਸ ਸਾਡੇ ਨਾਲ ਮੌਜੂਦ ਨੇ DGP ਜੇਲ੍ਹ ਰਹੇ ਸ਼ਸ਼ਿਕਾਂਤ ਸਾਹਿਬ। ਸ਼ਸ਼ਿਕਾਂਤ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਦੇ। ਸਵਾਲ ਸਭ ਤੋਂ ਪਹਿਲਾਂ ਇਹੀ ਹੈ, ਇਹ ਇੱਕੋਦਮ ਇਹ ਫੈਸਲਾ ਕਿਉਂ? ਇੱਕੋਦਮ ਦਾ ਫੈਸਲਾ ਨਹੀਂ ਹੈਗਾ ਹੈ। ਨਸ਼ੇ ਦੇ ਖਿਲਾਫ਼ ਜੋ ਲੜਾਈ ਹੈਗੀ ਹੈ, ਮੈਂ 2007 ਤੋਂ ਓਪਨਲੀ ਲੜ ਰਿਹਾ ਹੈਗਾ। 2013 'ਚ ਫਿਰ ਹਾਈਕੋਰਟ ਦੀ ਸ਼ਰਨ ਲਿੱਤੀ ਮੈਂ, ਹੁਣ 18 ਆ ਗਿਆ ਹੈਗਾ, 7 ਤੋਂ ਲੈ ਕੇ 18 ਤੱਕ। ਇਨ ਦਾ ਮੀਨ ਟਾਈਮ ਬਹੁਤ ਕੁਛ ਹੋਇਆ, ਹਮਲੇ ਵੀ ਹੋਏ, ਡਰਾਇਆ ਵੀ ਗਿਆ, ਧਮਕਾਇਆ ਵੀ ਗਿਆ, ਦਾਅਵੇ ਵੀ ਹੋਏ, ਪਤਾ ਨਹੀਂ ਕੀ ਕੁਛ ਹੋਇਆ। ਬਟ ਆਈ ਡੋਂਟ ਬਾਦਰ ਅਬਾਊਟ ਦੈਮ। ਬਟ ਹੁਣ ਜਿਸ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ, ਜਦੋਂ ਇਹ ਸਰਕਾਰ ਆਈ ਸੀ ਮੈਨੂੰ ਕਾਫੀ ਉਮੀਦ ਸੀ ਕਿ ਹੁਣ ਕੁਛ ਹੋਏਗਾ, ਪਰ ਇੱਥੇ ਵੀ ਉਹੀ ਗੱਲ ਹੋਈ ਅਲਟੀਮੇਟਲੀ। ਹੁਣ ਇੱਕ ਸਾਲ ਕੁਛ ਮਹੀਨੇ, ਅਜਿਹਾ ਕੀ ਹੋਇਆ ਜਿਸਨੇ ਇੰਨਾ ਜ਼ਿਆਦਾ ਪਰੇਸ਼ਾਨ ਕਰ, ਉਹੀ ਕਰ ਰਹੇ ਹਾਂ। ਇੱਕ ਸਾਲ ਕੁਛ ਮਹੀਨੇ ਹੋ ਗਏ, ਜਿਹੜੇ ਵੱਡੇ ਸਮਗਲਰਸ ਹੈਗੇ ਨੇ, ਪਹਿਲੇ ਵਾਲੀ ਸਰਕਾਰ ਸੀ ਉਹਦੀ ਵੀ ਹਿੰਮਤ ਨਹੀਂ ਸੀ ਅਰੈਸਟ ਕਰਨ ਦੀ, ਇਹ ਸਰਕਾਰ ਹੈਗੀ ਹੈ ਇਹਦਾ ਵੀ ਜਵਾਬ ਦਾ ਇਹਨਾਂ ਦੀ ਕੋਈ ਹਿੰਮਤ ਨਹੀਂ। ਜੇ ਵੱਡਾ ਬੰਦਾ ਨਹੀਂ ਫੜਦੇ, ਛੋਟਾ ਮੋਟਾ ਹੀ ਫੜ ਲਓ। ਲੋਕ ਵੀ ਨਿਰਾਸ਼ ਹੋ ਰਹੇ ਹੈਗੇ ਨੇ। ਮੈਂ ਜਿਹੜਾ ਨਿਰਾਸ਼ ਹੋਇਆ, ਸ਼ਾਇਦ ਮੈਂ ਸਮਝਣਾ ਹੈਗਾ ਕਿ ਮੈਂ ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਹੈਗਾ ਪੰਜਾਬ ਦੀ ਉਸ ਸਾਰੀ ਜਨਤਾ ਦੀ, ਜਿਹੜੇ ਕਿ ਇੰਨੇ ਨਿਰਾਸ਼ ਹੋ ਚੁੱਕੇ ਨੇ ਇਸ ਸਰਕਾਰ ਦੇ ਨਾਲ ਵੀ। ਇਹੀ ਸ਼ਾਇਦ ਰੀਜ਼ਨ ਹੋ ਸਕਦਾ ਹੈਗਾ। ਕਾਫੀ ਸਮਾਂ ਤੋਂ ਮੈਂ ਲੋਕਾਂ ਨੂੰ ਮਿਲ ਵੀ ਰਿਹਾ ਹੈਗਾ, ਜਿੱਥੇ ਜਾਣਾ ਹੈ ਕਿ ਇਹੀ ਗੱਲ ਹੁੰਦੀ ਹੈਗੀ ਹੈ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਕੁਛ ਕਰੋ, ਮੈਂ ਕੀ ਕਰਾਂ। ਜਿੱਥੋਂ ਵੀ ਗੱਲ ਹੁੰਦੀ ਅਲਟੀਮੇਟਲੀ ਆ ਸੀ ਓਨਲੀ, ਦੇਖੋ ਪੰਜਾਬ ਨੂੰ ਜੇ ਬਚਾਉਣਾ ਹੈਗਾ ਇਸ ਵੇਲੇ ਪੰਜਾਬ 'ਚ ਸਾਨੂੰ ਇੱਕ ਪੀਸਫੁਲ ਰੈਵੋਲਿਊਸ਼ਨ ਕਾਇੰਡ ਆਫ ਮੂਵਮੈਂਟ ਦੀ ਲੋੜ ਹੈਗੀ ਹੈ। ਵਰਨਾ ਕੋਈ ਸਰਕਾਰ, ਕੋਈ ਪੋਲੀਟੀਸ਼ੀਅਨ, ਕੋਈ ਪੋਲੀਟੀਕਲ ਪਾਰਟੀ, ਈਵਨ ਆਫੀਸ਼ੀਅਲਸ, ਕੋਈ ਸੀਰੀਅਸ ਨਹੀਂ ਹੈਗਾ ਇਸ ਮਾਮਲੇ 'ਤੇ। ਸਾਰੇ ਆਪਣੀ CM ਸੀਰੀਅਸ ਨੇ, CM ਬਹੁਤ ਸਾਰੀਆਂ ਗੱਲਾਂ ਕਰਦੇ ਨੇ, CM ਨੂੰ ਤੁਸੀਂ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕੀਤੀ? ਉਹ ਕਿਆ ਗਏ ਬਾਤੇਂ ਹੈ ਬਾਤੋਂ ਕਾ ਕਿਆ, ਗੱਲਾਂ ਤਾਂ ਬਥੇਰੀ ਹੋਈਆਂ ਸਨ ਉਹਨਾਂ ਨੇ। ਗੁਟਕਾ ਸਾਹਿਬ ਵੀ ਫੜ ਕੇ ਮੱਥੇ 'ਤੇ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ 'ਚ ਇਹ ਕਰ ਲਿਆਂਗਾ, ਉਹ ਕਰ ਲਿਆਂਗਾ। ਅਬ ਇੱਕ ਸਾਲ ਕੁਛ ਹੋ ਗਿਆ, ਇੱਕ ਵੀ ਬੰਦਾ ਫੜਿਆ ਗਿਆ? ਜਦੋਂ ਕਿ ਪੰਜਾਬ 'ਚ ਜਿਹੜੇ ਤਸਕਰ ਹੈਗੇ ਨੇ ਉਹਨਾਂ ਦੇ ਬਾਰੇ ਪੰਜਾਬ ਦੇ ਹਰ ਛੋਟੇ ਛੋਟੇ ਬੱਚੇ ਤੱਕ ਨੂੰ ਪਤਾ ਹੈਗਾ ਕੌਣ ਹੈਗੇ ਨੇ। ਜੇ ਵੱਡੇ ਬੰਦੇ ਨੂੰ ਫੜਨ ਦੀ ਹਿੰਮਤ ਨਹੀਂ ਹੈਗੀ, ਤੁਸੀਂ ਛੋਟਾ ਮੋਟਾ ਵਿਚਕਾਰਲਾ ਹੀ ਫੜ ਲਿਓ, ਮਿਡਲ ਲੈਵਲ ਦਾ। ਕੁਝ ਲੋਕਾਂ ਨੂੰ ਲੱਗੇ ਤੇ ਮੈਂ ਸਮਝਦਾ। ਬਟ ਸ਼ਸ਼ੀਕਾਂਤ ਇੰਨੀ ਲੰਮੀ ਲੜਾਈ ਲੜ ਰਹੇ ਸੀਗੇ, ਸ਼ਸ਼ੀਕਾਂਤ 11 ਸਾਲ ਦੇ ਤਕਰੀਬਨ ਹੋ ਗਿਆ, 18 ਆ ਗਿਆ, 2007 ਵਿੱਚ ਲੜਾਈ ਸ਼ੁਰੂ ਕੀਤੀ ਹੈ। ਇੱਕ ਇੰਸੀਡੈਂਟ ਕੋਈ ਅਜਿਹਾ ਕੀ ਹੋਇਆ ਜਿਸਨੇ ਇੰਨਾ ਜ਼ਿਆਦਾ ਟੈਂਸ ਕੀਤਾ ਹੈ ਕਿ ਸ਼ਸ਼ੀਕਾਂਤ ਨੂੰ ਅਜੇ ਸਟੈਪ ਚੁੱਕਣ ਲਈ ਮਜਬੂਰ ਹੋਣਾ ਪਿਆ? ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੀ ਜਿੱਥੇ ਵੀ ਜਾਣਾ ਹੈ ਗੱਲ ਇਹੀ ਹੁੰਦੀ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ। ਮੈਂ ਜਿਹੜੀ ਮੇਰੀ ਨਮੋਸ਼ੀ ਹੈਗੀ ਹੈ, ਮੇਰੇ ਜਿਹੜਾ ਫਰਸਟ੍ਰੇਸ਼ਨ ਹੈਗਾ, ਇਹ ਪੰਜਾਬ ਦੀ ਜਨਤਾ ਜਿਹੜੀ ਹੈਗੀ ਹੈ ਉਹਨਾਂ ਦੇ ਫਰਸਟ੍ਰੇਸ਼ਨ ਨੂੰ ਰਿਪ੍ਰੈਜ਼ੈਂਟ ਹੀ ਕਰ ਰਿਹਾ ਹੈਗਾ, ਕੁਛ ਹੋਰ ਨਹੀਂ ਹੈਗਾ। ਮੈਂ ਤਾਂ ਕਈ ਵਾਰੀ ਇਹ ਸੋਚਣਾ ਹੈਗਾ, ਇੱਕ ਵਾਰੀ ਕੇਸ ਵਗੈਰਾ ਜਿਹੜੇ ਮੇਰੇ ਉੱਤੇ ਵੀ ਚੱਲ ਰਹੇ ਹੈਗੇ ਨੇ, ਜੇ ਮੁੱਕ ਜਾਂਦੇ ਨੇ ਮੈਂ ਸ਼ਾਇਦ ਤੁਹਾਡਾ ਪੰਜਾਬ ਅਤੇ ਤੁਹਾਡਾ ਇੰਡੀਆ ਹੀ ਛੱਡ ਜਾਵਾਂ। ਆਈ ਐਮ ਸੋ ਫਰਸਟ੍ਰੇਟਿਡ, ਇੱਥੇ ਦੇਰ ਇਜ਼ ਨੋ ਰੂਲ ਆਫ ਲਾਅ, ਕੋਈ ਕਿਸੇ ਦੀ ਗੱਲ ਸਿਵਾਏ ਪੋਲੀਟਿਕਸ ਦੇ ਅਤੇ ਆਪਣੇ ਪੋਲੀਟੀਕਲ ਗੇਮਸ ਦੇ ਇਲਾਵਾ ਕੁਛ ਨਹੀਂ ਇੱਥੇ ਹੈਗਾ ਹੈ। ਪਰ ਅਗੇਨ ਪੰਜਾਬੀ ਹੈਗਾ, ਇੱਥੇ ਹੈਗਾ, ਜਦੋਂ ਤੱਕ ਹੈਗਾ, ਅੱਜ ਜਿਹੜਾ ਫੈਸਲਾ ਕੀਤਾ ਹੈਗਾ ਉਹਦੇ ਬਾਅਦ ਮੈਂ ਕੋਸ਼ਿਸ਼ ਇਹੀ ਕਰਾਂਗਾ, ਫਿਰ ਜਾ ਕੇ ਲੋਕਾਂ ਨੂੰ ਦੱਸਾਂ ਕਿ ਜੇ ਮੈਂ ਕੁਛ ਨਹੀਂ ਕਰ ਸਕਿਆ, ਜੇ ਮੈਂ ਇੰਨਾ ਨਮੋਸ਼ ਹੋ ਗਿਆ, ਤੁਸੀਂ ਕੀ ਤੁਹਾਡਾ ਕੀ ਹਾਲ ਹੋਏਗਾ ਮੈਂ ਸਮਝ ਸਕਣਾ। ਲੈਟਸ ਆਲ ਕਮ ਆਨ ਟੂ ਦ ਰੋਡਸ, ਕੱਟ ਸੜਕਾਂ 'ਤੇ ਆਈਏ ਅਸੀਂ। ਜਦੋਂ ਸੜਕਾਂ 'ਤੇ ਨਹੀਂ ਆਵਾਂਗੇ ਅਸੀਂ, ਸੋਰੀ ਆਈ ਐਮ ਗੋਇੰਗ ਟੂ ਯੂਜ਼ ਅ ਬੈਡ ਵਰਡ, ਜਦੋਂ ਤੱਕ ਸੜਕਾਂ 'ਤੇ ਛਿੱਤਰ ਫੜ ਕੇ ਨਹੀਂ ਆਵਾਂਗੇ ਆਪਣੇ, ਉਸ ਵੇਲੇ ਤਾਂ ਕੋਈ ਸਰਕਾਰ, ਕੋਈ ਪੋਲੀਟੀਸ਼ੀਅਨ, ਕੋਈ ਸਰਕਾਰੀ ਕਰਮਚਾਰੀ ਕਿਸੇ ਨੇ ਨਹੀਂ ਸੁਣਨੀ ਹੈ ਗੱਲ। ਇਹ ਸਮਾਂ ਆ ਗਿਆ ਜਦੋਂ ਛਿੱਤਰ ਕੱਟ ਕੇ ਸੜਕ 'ਤੇ ਆਉਂਦਾ ਹੈਗਾ। ਬਟ ਅਗੇਨ ਅ ਪੀਸਫੁਲ ਮੂਵਮੈਂਟ, ਆਈ ਡੋਂਟ ਵਾਂਟ ਵਾਇਲੈਂਸ, ਆਈ ਐਮ ਨੋਟ ਇਨ ਫੇਵਰ ਆਫ ਵਾਇਲੈਂਸ, ਪਰ ਜਦੋਂ ਤੱਕ ਪਬਲਿਕ ਓਪੀਨੀਅਨ ਕ੍ਰੀਏਟ ਨਹੀਂ ਹੋਏਗਾ, ਔਰ ਮੈਂ ਸਮਝਦਾ ਚੁੱਕੀ ਮੈਂ ਪੰਜਾਬੀ ਹੈਗਾ ਤਾਂ ਪੰਜਾਬ ਦੀ ਜਨਤਾ ਨਿਰਾਸ਼ ਹੈਗੀ, ਅਤੇ ਉਹਨਾਂ ਦੀ ਨਿਰਾਸ਼ਾ ਜਿਹੜੀ ਹੈਗੀ ਮੇਰੇ ਵਿੱਚੋਂ ਝਲਕਦੀ ਹੈਗੀ, ਤਾਂ ਕੋਈ ਗਲਤ ਗੱਲ ਨਹੀਂ ਹੈਗੀ। CM ਆਫਿਸ ਵਿੱਚ ਕੁਛ ਤੁਹਾਡੇ ਨਾਲ ਕੁਝ ਅਜਿਹਾ ਇੰਸੀਡੈਂਟ ਹੋਇਆ ਜਿਸਨੇ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਹੈ, ਇੰਨਾ ਜ਼ਿਆਦਾ ਟੈਂਸ ਕੀਤਾ? ਉਹ ਗੱਲ ਤਾਂ ਪੁਰਾਣੀ ਹੋ ਗਈ, ਬਹੁਤ ਨਵੀਂ ਗੱਲ ਨਹੀਂ ਹੈਗੀ ਹੈ। ਐਂਡ ਆਈ ਟੋਲਡ ਯੂ ਦੈਟ ਆਈ ਡੋਂਟ ਗਿਵ ਟੂ ਹੂਟਸ ਅਬਾਊਟ ਸੱਚ ਇੰਸੀਡੈਂਟਸ। ਹੋਇਆ ਸੀ ਜਦੋਂ CM ਸਾਹਿਬ ਬਣੇ ਸਨ, ਉਹਨਾਂ ਨੇ ਪਹਿਲੇ ਵੀ ਕਹਿੰਦੇ ਸਨ ਕਿ ਜਦੋਂ ਮੈਂ ਬਣਾਂਗਾ ਤਾਂ ਵੀਲ ਡੂ ਦਿਸ ਥਿੰਗ ਐਂਡ ਦੈਟ ਥਿੰਗ। ਉਹਦੇ ਬਾਅਦ ਮੈਨੂੰ ਸਦਿਆ ਵੀ ਗਿਆ ਸੀ, ਡਿਸਕਸ਼ਨ ਹੋਇਆ ਸੀ ਕਿ ਵੀ ਵਿਲ ਡੂ, ਲੈਟਸ ਡੂ ਦਿਸ ਥਿੰਗ, ਦਿਸ ਥਿੰਗ, ਦਿਸ ਥਿੰਗ। ਦੋ ਇੱਕ ਵਾਰੀ ਮੁਲਾਕਾਤ ਵੀ ਹੋਈ ਉਹਨਾਂ ਦੇ ਨਾਲ ਕਿ ਚਲੋ ਅਗਲੀ ਵਾਰੀ ਹੋਰ ਅੱਗੇ ਟੇਕਅਪ ਕਰਨੇ ਹੈਗੇ ਆ। ਪਰ ਜਦੋਂ ਅਗਲੀ ਵਾਰੀ ਗਿਆ ਉਹਨਾਂ ਦੇ ਕੋਈ OSD ਹੈਗਾ, ਕੋਈ ਚਮਚਾ ਵਗੈਰਾ ਪਤਾ ਨਹੀਂ, ਨਾ ਤਾਂ ਪਤਾ ਨਹੀਂ ਇੰਨੇ ਬੰਦੇ ਹੈਗੇ ਨੇ, ਮੈਂ ਜ਼ਿਆਦਾ ਤਾਂ ਜਾਣਦਾ ਨਹੀਂ, ਉੱਥੇ ਜਾਂਦਾ ਨਹੀਂ ਹੈਗਾ ਕਿ CM ਦੇ ਮੈਂ ਉਸ ਬੰਦੇ ਨੂੰ ਪਛਾਣਾ ਜਿਸ ਤਰ੍ਹਾਂ ਮੈਨੂੰ ਕੋਈ ਹੁਣ ਪੁੱਛ ਰਿਹਾ ਸੀ। ਇਹ ਵਨ ਆਫ ਦ OSDs ਹੀ ਪੁਸ਼ਟ ਮੀ ਆਊਟ ਆਫ ਦ ਰੂਮ। ਯੂ ਸੈਡ CM ਸਾਹਿਬ ਦੇ ਕੋਲ ਟਾਈਮ ਨਹੀਂ ਹੈਗਾ, ਹੀ ਹੈਜ਼ ਟੂ ਮੀਟ ਪੋਲੀਟੀਸ਼ੀਅਨਸ ਦਿਸ ਐਂਡ ਦੈਟ। ਕਦੇ ਹੋਰ ਆਉਣਾ ਟਾਈਮ ਲੈ ਕਰਕੇ ਖਰਾਬ ਲੱਗਿਆ, ਮੈਂ ਬਾਹਰ ਨਿਕਲ ਆ ਗਿਆ। ਪਰ ਇਹ ਗੱਲ ਜਿਹੜੀ ਹੈ ਥੋੜ੍ਹੀ ਹੁਣ ਦੀ ਨਹੀਂ ਹੈਗੀ ਹੈ, ਕੁਛ ਪੁਰਾਣੀ ਹੈਗੀ ਹੈ। ਜੇ ਇਸ ਗੱਲ ਨੇ ਮੈਨੂੰ ਨਮੋਸ਼ ਕੀਤਾ, ਨੋ ਵੇ। ਇਸ ਤਰ੍ਹਾਂ ਦੀ ਘਟਨਾਵਾਂ ਤਾਂ ਬੜੀ ਹੋ ਚੁੱਕੀਆਂ, ਜਦੋਂ ਮੈਂ ਸਰਵਿਸ ਦੇ ਵਿਚਕਾਰ ਸੀ, ਵਰਦੀ ਦੇ ਵਿਚਕਾਰ ਜਦੋਂ ਅਸੀਂ ਹੁੰਦੇ ਸੀ, CM ਚਾਹੇ ਕੋਈ ਵੀ
ਸ਼ਰਮ ਉਹਨਾਂ ਦੀ ਮਰ ਜਾਂਦੀ ਹੈਗੀ ਹੈ, ਉਹਨਾਂ ਦੀ ਜਿਹੜੀ ਅਣਖ ਹੈਗੀ ਸ਼ਾਇਦ ਮਰ ਜਾਂਦੀ ਹੈਗੀ, ਉਹਨਾਂ ਦੀ ਆਦਤ ਪੈ ਜਾਂਦੀ ਹੈਗੀ ਬੇਇੱਜ਼ਤੀ ਸਹਿਣ ਦੀ। ਬੇਇੱਜ਼ਤੀ ਤੋਂ ਸਹਿ ਗਿਆ ਮੈਂ, ਉਹਦਾ ਮੈਨੂੰ ਦੁੱਖ ਨਹੀਂ ਹੈਗਾ। ਨਾਮੋਸ਼ੀ ਮੈਨੂੰ ਸਿਰਫ ਇਸੇ ਗੱਲ ਦੀ ਹੈ, ਜਦੋਂ ਮੈਂ ਕਿਤੇ ਜਾਣਾ ਹੈਗਾ, ਲੋਕ ਜਦੋਂ ਕਹਿੰਦੇ ਨੇ ਕੀ ਬਣੂੰਗਾ, ਕੀ ਹੋਇਆ, ਇਹ ਉਮੀਦ ਸੀ, ਇਹ ਉਮੀਦ ਸੀ, ਤਾਂ ਆਈ ਟੋਲਡ ਦੇਮ ਓਕੇ, ਤੁਹਾਡਾ ਜਿਹੜੀ ਨਾਮੋਸ਼ੀ ਹੈਗੀ ਆਲ ਰਿਪ੍ਰੈਜ਼ੈਂਟ ਦੈਟ, ਮੈਂ ਉਹਨਾਂ ਦੀ ਨਾਮੋਸ਼ੀ ਨੂੰ ਰਿਪ੍ਰੈਜ਼ੈਂਟ ਕਰ ਰਿਹਾ। DGP ਸ਼ਸ਼ੀਕਾਂਤ ਨੇ ਜਿਸ ਦਿਨ ਇਹ ਜੰਗ ਸ਼ੁਰੂ ਕੀਤੀ ਸੀ 2007 ਵਿੱਚ, ਕੀ ਇਹ ਸੋਚ ਕੇ ਸ਼ੁਰੂ ਕੀਤੀ ਸੀ ਮੈਨੂੰ ਸਿਆਸੀ ਹੱਲਾਸ਼ੇਰੀ ਮਿਲੇਗੀ ਤਾਂ ਮੈਂ ਇਸ ਲੜਾਈ ਨੂੰ ਲੜਾਂਗਾ, ਜਾਂ ਇਹ ਲੜਾਈ DGP ਸ਼ਸ਼ੀਕਾਂਤ ਨੇ ਸ਼ੁਰੂ ਕੀਤੀ ਹੈ ਮੈਂ ਇਹਨੂੰ ਸਿਰੇ ਚਾੜਾਂਗਾ? ਸ਼ੁਰੂ ਤਾਂ ਇਸ ਕਰਕੇ ਕੀਤੀ ਸੀ ਕਿ ਇਹਨੂੰ ਸਿਰੇ ਚਾੜਾਂਗਾ। ਪੋਲੀਟੀਕਲ ਕੋਈ ਪੋਲੀਟੀਕਲ ਪਾਰਟੀ ਇਸ ਤਰ੍ਹਾਂ ਦੀ ਨਹੀਂ ਹੈਗੀ ਜਿਹਨੇ ਕੋਸ਼ਿਸ਼ ਨਹੀਂ ਕੀਤੀ ਮੈਨੂੰ ਮਿਲਾਉਣ ਦੀ। ਨੈਸ਼ਨਲ ਪੋਲੀਟੀਕਲ ਪਾਰਟੀ ਸੀ, ਉਹਨਾਂ ਦੇ ਟੋਪ ਲੈਵਲ ਲੀਡਰਸ਼ਿਪ, ਉਹਨਾਂ ਨੇ ਮੈਨੂੰ ਸੱਦਿਆ। ਮੈਂ ਇਹ ਸਮਝ ਕੇ ਗਿਆ ਕਿ ਪੰਜਾਬ ਦੀ ਡਰੱਗ ਸਮੱਸਿਆ ਦੇ ਬਾਰੇ ਸ਼ਾਇਦ ਗੱਲ ਹੋਏਗੀ, ਪਰ ਉੱਥੇ ਗੱਲ ਇਹੀ ਹੋਈ ਕਿ ਤੁਸੀਂ ਜੀ ਸਾਡੇ ਨਾਲ ਰਲ ਜਾਓ, ਸਾਡੇ ਕੋਅਲੀਸ਼ਨ ਪਾਰਟਨਰਸ ਦੇ ਨਾਲ ਜਾਂ ਸਾਡੇ ਜਿਹੜੇ ਸਮਰਥਕ ਹੈਗੇ ਨੇ ਉਹਨਾਂ ਦੇ ਖਿਲਾਫ ਗੱਲ ਨਾ ਕਰੋ, ਜਾਂ ਫਿਰ ਦੈਟ ਕਾਇੰਡ ਆਫ। ਕਿਹੜੀ ਪਾਰਟੀ? ਹਰ ਪਾਰਟੀ, ਕੋਈ ਇਸ ਤਰ੍ਹਾਂ ਨੈਸ਼ਨਲ ਪਾਰਟੀ ਨਹੀਂ ਬਚੀ ਜਿਹਨਾਂ ਨੂੰ ਮੈਂ ਅਪਰੋਚ ਨਹੀਂ ਕੀਤਾ। ਅਪਰੋਚ ਈਵਨ PM ਆਫਿਸ, ਈਵਨ ਅਪਰੋਚ ਦਾ ਵੈਰੀ ਟੋਪ ਲੀਡਰਸ਼ਿਪ, ਜਿੱਥੇ ਕੋਈ ਪੁੱਜ ਵੀ ਨਹੀਂ ਸਕਦਾ ਹੈਗਾ ਆਮ ਤੌਰ 'ਤੇ। ਬਦਕਿਸਮਤੀ ਦੇ ਨਾਲ ਮੇਰੇ ਕੋਲ ਇੱਕ ਪੋਜੀਸ਼ਨ ਸੀ, ਉਹਦਾ ਬਿੱਲਾ ਲਾ ਕੇ ਮੈਂ ਉੱਥੇ ਅਪੁਆਇੰਟਮੈਂਟ ਲਿੱਤਾ ਅਤੇ ਮੈਂ ਹਰ ਥਾਂ 'ਤੇ ਗਿਆ ਹੈਗਾ। ਬਟ ਨੋਬਡੀ ਟਾਕਸ ਅਬਾਊਟ ਪੰਜਾਬ ਐਂਡ ਪੰਜਾਬ ਡਰੱਗਸ। ਕਿਹੜੇ ਭਾਈਵਾਲਾਂ ਨਾਲ ਲੜਨ ਦੀ ਗੱਲ ਕਰ ਰਹੇ ਸੀ? ਮੈਂ ਸਮਝਿਆ ਨਹੀਂ। ਕਿਹੜੇ ਭਾਈਵਾਲਾਂ ਨੂੰ ਸੇਫ ਕਰਨ ਦੀ ਗੱਲ ਕਰ ਰਹੇ ਸੀ, ਬਈ ਉਹਨਾਂ ਬਾਰੇ ਨਾ ਗੱਲ ਕਰੋ? ਇਹ ਗੱਲ ਹੈਗੀ ਹੈ ਪੁਰਾਣੇ ਸਰਕਾਰ ਦੀ, ਜਦੋਂ ਕਿਸੇ ਦਾ ਗੱਲ ਹੋਈ ਸੀ, ਕੋਈ ਦੋ ਪਾਰਟੀਆਂ ਦਾ ਕੋਅਲੀਸ਼ਨ ਸੀ ਤਾਂ ਕਿਸੇ ਨੇ ਕਿਹਾ ਕਿ ਸਾਡੇ ਕੋਅਲੀਸ਼ਨ ਪਾਰਟਨਰਸ ਦੇ ਖਿਲਾਫ ਗੱਲ ਨਾ ਕਰਿਆ ਕਰੋ, ਇਹ ਹੁੰਦਾ ਹੈਗਾ, ਕਮ ਐਂਡ ਜੁਆਇਨ ਅਸ ਐਂਡ ਦਿਸ ਐਂਡ ਦੈਟ। ਤੁਸੀਂ ਕਹਿਣਾ ਚਾਹੁੰਦੇ ਹੋ ਭਾਰਤੀ ਜਨਤਾ ਪਾਰਟੀ ਸੇਵ ਕਰ ਰਹੀ ਸੀ ਅਕਾਲੀ ਦਲ ਨੂੰ? ਉਹਨਾਂ ਦਾ ਕੋਅਲੀਸ਼ਨ ਸੀ, ਐਵਰੀਬਡੀ ਨੇ ਦੋਵੇਂ ਦੂਜਿਆਂ ਦੀ ਜਿਹੜੀ ਹੈਗੀ ਹੈ, ਦੇ ਵਰ ਸਕ੍ਰੈਚਿੰਗ ਈਚ ਅਦਰਸ ਬੈਕਸ। ਕਾਂਗਰਸ ਜਿਹੜੀ ਸੀ ਅਜੇ ਤੱਕ ਉਹ ਵੀ ਕਰ ਰਹੀ, ਦੇ ਆਰ ਆਲਸੋ ਨੋਟ ਸੀਰੀਅਸ, ਚਾਹੇ ਰਾਹੁਲ ਗਾਂਧੀ ਹੋਏ, ਚਾਹੇ ਕੋਈ ਹੋਏ, ਦੇਰ ਅਦਰ ਪੋਲੀਟੀਕਲ ਨੈਸ਼ਨਲ ਲੈਵਲ ਪੋਲੀਟੀਕਲ ਪਾਰਟੀ ਜਿਹੜੇ ਇੱਥੇ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਕਰ ਰਹੀ ਹੈ, ਡੂ ਯੂ ਥਿੰਕ ਦੇ ਆਰ ਨੋ ਡਰੱਗਸ ਇਨ ਡੈਲੀ? ਭਰਿਆ ਪਿਆ ਹੈਗਾ ਡਰੱਗਸ। ਇੱਕ ਵਾਰੀ ਉਹਨੂੰ ਕਿਹਾ ਸੀ ਮੈਂ ਅਰਵਿੰਦ ਨੂੰ ਕਿ ਇੱਥੇ ਡਰੱਗਸ ਹੈਗੀਆਂ ਨੇ, ਡੂ ਸਮਥਿੰਗ, ਉਹ ਤੋਂ ਜਵਾਬ ਆਇਆ ਕਿ ਮੇਰੇ ਕੋਲ ਪੁਲਿਸ ਨਹੀਂ ਹੈਗੀ, ਪੁਲਿਸ ਮੇਰੇ ਥੱਲੇ ਨਹੀਂ ਹੈਗੀ ਹੈ। ਬਦਕਿਸਮਤੀ ਦੀ ਗੱਲ ਹੈਗੀ, ਦੁੱਖ ਹੁੰਦਾ ਹੈ ਕਿ ਨੋ ਪੋਲੀਟੀਕਲ ਪਾਰਟੀ ਇਜ਼ ਸੀਰੀਅਸ ਅਬਾਊਟ ਇਟ, ਚਾਹੇ ਉਹ ਏ ਹੋ, ਚਾਹੇ ਜ਼ੈਡ ਹੋ, ਚਾਹੇ ਕੋਈ ਵਿਚਕਾਰਲੀ ਪਾਰਟੀ ਹੋ। ਹੁਣ ਜਦੋਂ ਤੁਸੀਂ ਸਾਰੇ ਕਿੱਸਾਂ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਤਿਆਰੀ ਕਰ ਲਈ ਹੈ, ਲੋਕਾਂ ਨੂੰ ਹੁਣ ਕਿਸ ਤਰੀਕੇ ਨਾਲ, ਹੁਣ ਕੀ ਰਹੇਗਾ, ਅੱਗੇ ਕੀ ਰਹੇਗਾ? ਇਹੀ ਰਹੇਗਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੇਰੀ ਕੋਸ਼ਿਸ਼ ਸਿਰਫ ਇਹੀ ਰਹੇਗੀ, ਇੱਕ ਪਬਲਿਕ ਮੂਵਮੈਂਟ ਖੜ੍ਹਾ ਕਰਾਂ ਮੈਂ, ਜਿਹੜਾ ਕਿ ਇੱਕ ਕਾਇੰਡ ਆਫ ਰੈਵੋਲਿਊਸ਼ਨ ਹੈਗਾ, ਏ ਪੀਸਫੁਲ ਰੈਵੋਲਿਊਸ਼ਨ, ਜਿਹਦੇ 'ਚ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਐਕਸਪੋਜ਼ ਕਰਾਂ। ਉਹਨਾਂ ਨੂੰ ਮੈਂ ਇੱਕ ਹੀ ਸਵਾਲ ਪੁੱਛਣਾ ਹੈਗਾ, ਪੰਚਾਇਤ ਇਲੈਕਸ਼ਨ ਤੋਂ ਲੈ ਕਰਕੇ ਉੱਤੇ ਤੋਂ ਉੱਤੇ ਜਿਹੜਾ ਇਲੈਕਸ਼ਨ ਹੁੰਦਾ ਹੈਗਾ, ਮੈਨੂੰ ਦੱਸ ਦਿਓ ਕਿ ਹਾਂ ਕੁਛ ਪੋਲੀਟੀਸ਼ੀਅਨਸ ਹੈਗੇ ਨੇ ਜਿਨ੍ਹਾਂ ਦਾ ਮੈਂ ਮਾਨ ਕਰਨਾ ਹੈਗਾ, ਜਿਨ੍ਹਾਂ ਨੂੰ ਮੈਂ ਟੋਟਲੀ ਅਪਰਾਈਟ ਸਮਝਣਾ ਹੈ, ਬਟ ਆਮ ਤੌਰ 'ਤੇ ਕਿਹੜਾ ਪੋਲੀਟੀਸ਼ੀਅਨ ਪੰਚਾਇਤ ਤੋਂ ਲੈ ਕੇ ਉੱਥੇ ਤੱਕ ਇਸ ਤਰ੍ਹਾਂ ਹੈਗਾ ਜਿਹਨੇ ਇਲੈਕਸ਼ਨ ਦੇ ਦੌਰਾਨ ਆਪਣੀ ਜਾਇਦਾਦ ਗਿਰਵੀ ਰੱਖੀ ਹੋਏ, ਵੇਚੀ ਹੋਏ, ਆਪਣੀ ਵੋਟੀ ਦੇ ਜਿਹੜੇ ਜ਼ੇਵਰ ਹੈਗੇ ਨੇ ਉਹਨਾਂ ਨੂੰ ਮੌਰਟਗੇਜ ਕੀਤਾ ਹੋਏ? ਉਹ ਗੱਲ ਸਰ ਪੰਚਾਇਤ ਦੀ ਇਲੈਕਸ਼ਨ ਦੀ ਗੱਲ ਹੁੰਦੀ ਹੈ, ਕਹਿੰਦਾ ਹੈਗਾ ਪੰਚਾਇਤ ਵਾਲਾ ਬੰਦਾ ਕਹਿੰਦਾ ਮੈਂ 50 ਲੱਖ ਖਰਚ ਕੀਤੇ, 60 ਲੱਖ ਖਰਚ ਕੀਤਾ। ਅਸੈਂਬਲੀ ਇਲੈਕਸ਼ਨ ਆਉਂਦੀ ਹੈ, ਕਹਿੰਦਾ ਮੈਂ 10 ਕਰੋੜ ਖਰਚ ਕੀਤਾ, 20 ਕਰੋੜ ਖਰਚ ਕੀਤਾ, ਉੱਤੇ ਚਲੇ ਜਾ ਹੋਰ, ਕਿੱਥੋਂ ਆ ਰਿਹਾ ਪੈਸਾ? ਅਬ ਮੈਂ ਨਹੀਂ ਕਹਿੰਦਾ ਡਰੱਗ ਮਨੀ ਹੈਗੀ ਹੈ, ਬਟ ਬੇਸਿਕਲੀ ਦੈਟਸ ਆਲ ਵਾਈਟ ਮਨੀ ਐਜ਼ ਫਾਰ ਐਜ਼ ਆਈ ਕੈਨ ਅੰਡਰਸਟੈਂਡ। ਕਿ ਤੁਸੀਂ ਆਪਣੀ ਵਾਈਟ ਮਨੀ ਕਿਸੇ ਨੂੰ ਦਾਨ ਦਿਓਗੇ? ਕੌਣ ਇਸ ਤਰ੍ਹਾਂ ਦਾ ਬੰਦਾ ਜਿਹੜੀ ਵਾਈਟ ਮਨੀ ਜਿਹੜਾ ਹੈਗਾ ਦੇਗਾ? ਆਈਦਰ ਦੈਟਸ ਡਰੱਗ ਮਨੀ ਔਰ ਰੇਤਾ ਮਨੀ ਔਰ ਕਬਜ਼ਿਆਂ ਵਾਲਾ ਪੈਸਾ ਜਾਂ ਉਗਰਾਹੀਆਂ ਜਿਹੜੀ ਹੈਗੀਆਂ ਨੇ ਦੂਜੀ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ, ਉਹੀ ਸਾਰਾ ਪੈਸਾ ਆਉਂਦਾ ਹੈਗਾ। ਔਰ ਸਰਕਾਰ ਵੱਲੋਂ ਸ਼ਾਇਦ ਹੁਣ ਇਹ ਵੀ ਕੋਈ ਕਾਨੂੰਨ ਪਾਸ ਹੋਇਆ ਹੈਗਾ ਹੈ ਦੈਟ ਕਿਹੜਾ ਸੋਰਸ ਹੈਗਾ ਜਿਹੜਾ ਡੋਨੇਸ਼ਨਸ ਦਾ, ਉਹ ਤੁਸੀਂ ਨਹੀਂ ਪੁੱਛ ਸਕਦੇ ਹੈਗੇ? ਵਟ ਇਜ਼ ਹੈਪਨਿੰਗ? ਜਨਤਾ ਕੀ ਅੰਨੀ ਹੈਗੀ ਹੈ? ਐਵਰੀਬਡੀ ਇਜ਼ ਟਰਾਇੰਗ ਟੂ ਸੇਵ ਐਵਰੀਬਡੀ ਐਲਸ, ਇਸ ਕੋਸ਼ਿਸ਼ ਦੇ ਵਿੱਚ ਕਿ ਉਹਨਾਂ ਦੇ ਉੱਤੇ ਪਰਦਾ ਰਹੇ, ਉਹਨਾਂ ਦਾ ਜਿਹੜਾ ਹੈਗਾ ਪਰਦਾ ਨਾ ਉਤਰੇ। DGP ਸ਼ਸ਼ੀਕਾਂਤ ਹਾਰ ਮੰਨ ਰਹੇ ਇਸ ਗੱਲ? ਨੋ ਵੇ, ਯੈਸ, ਇੱਕ ਦੌਰ ਹੈਗਾ ਨਾਮੋਸ਼ੀ ਦਾ, ਯੈਸ, ਇਹਨੂੰ ਮੈਂ ਡਿਨਾਈ ਨਹੀਂ ਕਰਾਂਗਾ। ਆਮ ਸਲਾਈਟਲੀ ਫਰਸਟ੍ਰੇਟਿਡ ਐਜ਼ ਟੂਡੇ, ਯੈਸ, ਮੈਂ ਮੰਨਾਂਗਾ ਜਿਹੜੀ ਗੱਲ ਹੁੰਦੀ, ਮੈਂ ਸਿੱਧਾ ਮੰਨਦਾ, ਜਿਹਨੇ ਸੋਚਣਾ ਹੈਗਾ ਸੋਚੇ, ਜਿਹੜਾ ਗੱਲ ਆ ਕਾਂਟ ਕੇਅਰਲੈਸ ਅਬਾਊਟ ਐਨੀਥਿੰਗ, ਬਟ ਯੈਸ, ਅੱਜ ਤਰੀਕ 'ਚ ਮੈਂ ਨਾਮੋਸ਼ ਹੈਗਾ, ਪਰ ਉਮੀਦ ਹੈਗੀ ਹੈ ਕੱਲ੍ਹ ਤਾਂ ਫਿਰ। ਪਰ ਲੋਕਾਂ ਨੂੰ ਜਿਸ ਤਰ੍ਹਾਂ ਮੈਂ ਕਿਹਾ, ਹੁਣ ਮੇਰਾ ਮੁੱਦਾ ਸਿਰਫ ਇੱਕੋ ਹੋਏਗਾ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਜਾਗਰੂਕ ਕਰਕੇ ਸੜਕਾਂ 'ਤੇ ਉਹਨਾਂ ਨੂੰ ਲੈ ਕੇ ਆਵਾਂ ਮੈਂ, ਨੋਨ ਪੋਲੀਟੀਕਲ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ। ਬਹੁਤ ਬਹੁਤ ਸ਼ੁਕਰੀਆ ਸਰ ਨਾਲ ਗੱਲ ਕਰ। ਥੈਂਕਸ ਅ ਲੋਟ ਸਰ। ਸੋ ਇਹ ਸਨ ਸਾਡੇ ਨਾਲ ਸਾਬਕਾ DGP ਜੇਲ੍ਹ ਸ਼ਸ਼ੀਕਾਂਤ। ਗੱਲਾਂ ਬਹੁਤ ਸਾਰੀਆਂ ਨੇ, CM ਦੇ ਅਫਸਰ ਵਿੱਚ, CM ਆਫਿਸ ਵਿੱਚ ਜਿਹੜਾ ਬਿਹੇਵੀਅਰ ਹੋਇਆ ਉਹਨਾਂ ਦੇ ਨਾਲ, ਉਸਨੇ ਕਿਤੇ ਨਾ ਕਿਤੇ ਪਰੇਸ਼ਾਨ ਕੀਤਾ, ਕਿਤੇ ਨਾ ਕਿਤੇ ਪੋਲੀਟੀਕਲ ਵਿਲ ਜਿਹੜੀ ਹੈਗੀ ਹੈ ਉਹ ਨਹੀਂ ਬਣ ਰਹੀ, ਪਰ ਹੁਣ ਸ਼ਸ਼ੀਕਾਂਤ ਕੀ ਕਰਨਗੇ ਇਹ ਵੇਖਣਾ ਲਾਜ਼ਮੀ ਹੋਏਗਾ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਗਗਨਦੀਪ ਚੌਹਾਨ, ਜਸ ਪੰਜਾਬੀ, ਚੰਡੀਗੜ੍ਹ।